सत श्री अकाल दोस्तों, मैं रविंदर सलाना स्वागत करना फतेह टीवी दे तुहाडे अपने प्रोग्राम सरगर्मियां च। आओ इस बार दी सरगर्मियां नाल तुहानू रूबरू कराइए। अमृतसर दे कुकड़ा वाले विच 19 तरीक नू होवेगी किसान सभा। इस मौके ते किसान सभा विच फिल्मी अदाकार सोनिया मान ने मीडिया नी खास गलबात करदे हुए दस्या ते उन्होंने दस्या कि इस सभा विच कलाकारां दे नाल कई होर लोग भी होणगे। ਤੁਹਾਨੂੰ ਦੱਸ ਦਈਏ ਕਿਸਾਨ ਆਗੂ ਰਾਜੇਵਾਲ ਦੇ ਨਾਲ ਨਾਲ ਉਮਰਾ ਨੰਗਲ, ਪੰਜਾਬੀ ਕਲਾਕਾਰ ਸਿੰਗਰ ਗਰੇਵਾਲ, ਬੱਬੂ ਮਾਨ ਖਾਸ ਤੌਰ ਤੇ ਪਹੁੰਚਣਗੇ। ਅੰਮ੍ਰਿਤਸਰ ਤੋਂ ਫਤਿਹ ਟੀਵੀ ਲਈ ਪਰਤ ਸ਼ਰਮਾ ਦੀ ਰਿਪੋਰਟ। ਅੱਜ ਦੀ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਜਾ ਰਹੀ ਹੈ, 19 ਤਰੀਕ ਨੂੰ ਅਸੀਂ ਕਿਸਾਨੀ ਸਭਾ ਰੱਖ ਰਹੇ ਹਾਂ ਕੁੱਕੜਾਂ ਵਾਲੇ ਸਟੇਡੀਅਮ ਦੇ ਵਿੱਚ। ਵੇਖੀਏ, ਸਭ ਤੋਂ ਪਹਿਲਾਂ ਤਾਂ ਪਰਚੇ ਫਿਰ ਕੈਪਟਨ ਸਾਹਿਬ ਦੇ ਉੱਤੇ ਵੀ ਹੋਣੇ ਚਾਹੀਦੇ ਆ, ਕਿਉਂਕਿ ਉਹਨਾਂ ਦੀ ਪੋਤਰੀ ਦਾ ਵਿਆਹ ਸੀਗਾ, ਉੱਥੇ ਬਹੁਤ ਵੱਡੀ ਇਕੱਠ ਵੀ ਹੋਇਆ ਸੀਗਾ, ਉਹ ਤੋਂ ਕਰੋਨਾ ਕਿੱਥੇ ਗਿਆ ਸੀਗਾ। ਨਵੀਆਂ ਗਾਈਡਲਾਈਨਸ ਤਾਂ ਫਿਰ ਬਾਅਦ ਦੇ ਵਿੱਚ ਆਪਣੇ ਅਕੋਰਡਿੰਗਲੀ ਆ ਜਾਂਦੀਆਂ ਨੇ। ਤੁਸੀਂ ਦੇਖ ਹੀ ਰਹੇ ਹੋ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਆਪਣੇ ਉੱਤੇ ਪਰਚੇ ਕਰਨੇ ਚਾਹੀਦੇ, ਫਿਰ ਸਾਡੇ ਕਿਸਾਨਾਂ ਦੇ ਉੱਤੇ ਕਰਨ। ਕਿਸਾਨਾਂ ਨੂੰ ਤਾਂ ਹਰ ਇੱਕ ਚੀਜ਼ ਦੇ ਵਿੱਚ ਖਿੱਚ ਲੈਂਦੇ ਨੇ, ਹਰ ਇੱਕ ਗੱਲ ਦੇ ਉੱਤੇ। ਅਤੇ ਜੇ ਕਰੋਨਾ ਬਿਮਾਰੀ ਇੰਨੀ ਕੀ ਘਾਤਕ ਹੈ, ਰਾਤ ਨੂੰ ਕਰੋਨਾ ਆਉਂਦਾ, ਦਿਨੇ ਕਰੋਨਾ ਭੱਜ ਜਾਂਦਾ ਇਹਨਾਂ ਦਾ, ਇਹ ਕੀ ਗੱਲ ਆ? ਬੱਚਿਆਂ ਦੀ ਇਹਨਾਂ ਨੇ ਪੜ੍ਹਾਈ ਖਰਾਬ ਕੀਤੀ ਹੋਈ ਹੈ, ਸਕੂਲ ਖਰਾਬ ਕੀਤੇ ਹੋਏ ਨੇ, ਆਪਾਂ ਵੀ 3.5 ਮਹੀਨੇ 4 ਮਹੀਨੇ ਤੋਂ ਉੱਥੇ ਹੈਗੇ ਹਾਂ। ਜੇ ਕਰੋਨਾ ਹੈਗਾ ਵੀ ਹੈ, ਮੈਂ ਕਹਿੰਦੀ ਉਹ ਮਾਈਨਰ ਆ, ਵੀ ਤੁਸੀਂ ਆਪਣਾ ਇਮਿਊਨ ਸਿਸਟਮ ਠੀਕ ਰੱਖੋ, ਆਪਣੀ ਸਿਹਤ ਦਾ ਖਿਆਲ ਰੱਖੋ, ਠੀਕ ਹੋ ਜਾਂਦਾ ਆ। ਇਹ ਜਾਣੀ ਆ ਵੀ ਜਿੰਨਾ ਇਹਨਾਂ ਨੇ ਹਵਾ ਬਣਾਇਆ ਆ। ਇੱਕ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਜੇ ਸਰਕਾਰ ਨੂੰ ਇੰਨੀ ਸਿਹਤ ਦਾ ਖਿਆਲ ਆ ਸਾਡੇ ਲੋਕਾਂ ਦੀ, ਤਾਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਮੋਰਚੇ ਦੇ ਉੱਤੇ ਬਜ਼ੁਰਗ ਬਾਪੂ ਬੈਠੇ ਨੇ, ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ, ਸਾਡੇ ਆਗੂ ਬੈਠੇ ਨੇ, ਉਹਨਾਂ ਬਾਰੇ ਸੋਚਣਾ ਚਾਹੀਦਾ ਆ। ਸੈਂਟਰਲ ਗਵਰਨਮੈਂਟ ਨੂੰ, ਸਾਡੇ ਇੱਥੋਂ ਦੇ ਸਟੇਟ ਦੇ CM ਨੂੰ ਚਿੱਠੀ ਪੱਤਰ ਲਿਖਣਾ ਚਾਹੀਦਾ ਹੈ ਵੀ ਉਹਨਾਂ ਦੀ ਸਿਹਤ ਦੇ ਖਿਆਲ ਨੂੰ ਰੱਖਦੇ ਹੋਏ ਤੁਸੀਂ ਇਹ ਜਿਹੜੇ ਕਾਨੂੰਨ ਆ ਇਹ ਰੱਦ ਕਰ ਦਿਓ। ਅਤੇ ਆਪਾਂ ਨੂੰ ਕੋਈ ਸ਼ੌਂਕ ਥੋੜ੍ਹਾ ਨਾ ਆ ਵੀ ਆਪਾਂ ਉੱਥੇ ਸੜਕਾਂ ਦੇ ਉੱਤੇ ਬੈਠੇ ਹਾਂ। ਕੋਈ ਵੀ ਹਿਊਮੈਨਿਟੀ ਸਭ ਤੋਂ ਪਹਿਲਾਂ ਆਉਂਦੀ ਆ, ਫਿਰ ਕੋਈ ਕਾਨੂੰਨ ਆਉਂਦੇ ਨੇ। ਜੇ ਆਪਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਹੈਗੇ ਤਾਂ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ, ਨਾਲੇ ਸਿਹਤ ਨਾਲ ਉੱਤੇ ਨਹੀਂ ਹੋਣੇ ਚਾਹੀਦੇ। ਸਰਕਾਰ ਕੋਲ ਦੋ ਹੀ ਹੀਲੇ ਹੁੰਦੇ ਨੇ, ਇੱਕ ਤਾਂ ਵੀ ਉਹਨਾਂ 'ਤੇ ਪਰਚੇ ਪਾਏ ਜਾਣ, ਜੇਲ੍ਹ ਹੀ ਡੱਕਿਆ ਜਾਏ, ਡੰਡਾ ਫੇਰ ਕੇ ਡਾਂਗ ਦੇ ਜ਼ੋਰ ਨਾਲ ਦਬਾਇਆ ਜਾਏ, ਪਰ ਜਿਹੜੀ ਢਿੱਡ ਦੀ ਭੁੱਖ ਆ ਉਹ ਕਦੇ ਵੀ ਡੰਡੇ ਦੇ ਨਾਲ ਜਾਂ ਪਰਚੇ ਪਾਉਣ ਦੇ ਨਾਲ ਨਹੀਂ ਮਿਟਣੀ। ਸਾਡੀ ਅੰਦਰਲੀ ਭੁੱਖ ਜਿਹੜੀ ਆ ਉਹ ਰੋਜ਼ੀ ਰੋਟੀ ਦੀ ਆ, ਉਹ ਤਾਂ ਹੀ ਬਚਣੀ ਆ ਜੇ ਕਾਲੇ ਕਾਨੂੰਨ ਰੱਦ ਹੋਣਗੇ। ਦੁਆਬਾ ਕਿਸਾਨ ਕਮੇਟੀ ਵੱਲੋਂ ਪ੍ਰਧਾਨ ਜਗਵੀਰ ਸਿੰਘ ਰਸੂਲਪੁਰਾ ਦੀ ਅਗਵਾਈ ਵਿੱਚ ਲਗਾਇਆ ਗਿਆ ਚੋਲ ਟੋਲ ਪਲਾਜ਼ਾ ਵਿੱਚ ਧਰਨਾ ਪਿਛਲੇ 192 ਦਿਨਾਂ ਵਿੱਚ ਆ ਗਿਆ ਹੈ, ਜਿਸ ਨੂੰ ਲੈ ਕੇ ਉੱਥੇ ਇੱਕ ਪ੍ਰੋਗਰਾਮ ਕੀਤਾ ਅਤੇ ਧਰਨੇ ਦੇ ਚੱਲ ਰਹੇ ਇਸ ਖਾਸ ਜਦੋਜਹਿਦ ਵਿੱਚ ਲੋਕਾਂ ਨੂੰ ਸੰਬੋਧਨ ਵੀ ਆਗੂਆਂ ਨੇ ਕੀਤਾ। ਇਸ ਮੌਕੇ 'ਤੇ ਕਿਹਾ ਕਿ ਕਿਸਾਨੀ ਕਾਨੂੰਨ ਨੂੰ ਵਾਪਸ ਕਰਾਉਣ ਲਈ ਇਹ ਧਰਨਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ। ਹੁਸ਼ਿਆਰਪੁਰ ਤੋਂ ਫਤਿਹ ਟੀਵੀ ਲਈ ਜਸਪ੍ਰੀਤ ਸੈਣੀ ਦੀ ਰਿਪੋਰਟ। ਜਲਾਂਗ ਟੋਲ ਪਲਾਜ਼ਾ 'ਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਜੋ ਨਿਰੰਤਰ ਧਰਨਾ ਚੱਲ ਰਿਹਾ ਹੈ, 6.5 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ। ਇਸ ਦੇ ਵਿੱਚ ਪੂਰਾ ਉਤਸ਼ਾਹ ਹੈ। ਸਾਡੇ ਇੱਥੇ ਤਕਰੀਬਨ 92-93 ਸਾਲ ਦੇ ਬਜ਼ੁਰਗ ਜੋ ਹਨ ਉਹ ਰੋਜ਼ ਸਾਈਕਲ 'ਤੇ ਝੋਜੜਾਂ ਤੋਂ ਅਪ ਡਾਊਨ ਕਰਦੇ ਆ। ਇੱਦਾਂ ਦੇ ਬਜ਼ੁਰਗਾਂ ਦਾ ਇੱਥੇ ਬਹੁਤ ਜ਼ਿਆਦਾ ਉਤਸ਼ਾਹ ਆ। ਸਾਡੇ ਸਤਨਾਮ ਸਿੰਘ ਜੀ ਬੈਠੇ ਆ, ਇਹ ਰੋਜ਼ ਆਉਂਦੇ ਆ ਸਾਡੇ ਕੋਲ, ਜੋ ਇੱਥੇ ਜੋ ਟੋਲ ਪਲਾਜ਼ਾ ਸਾਡੇ ਧਰਨਾ ਚੱਲਦਾ ਹੈ ਔਰ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਪ੍ਰੈਸ ਵਾਰਤਾ ਕੀਤੀ। ਉਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮਾਜਿਕ ਅਤੇ ਧਾਰਮਿਕ ਸਮਾਗਮ ਜੋ ਕਿ ਕਰੋਨਾ ਨੂੰ ਲੈ ਕੇ ਕਿਤੇ ਨਾ ਕਿਤੇ ਹਦਾਇਤਾਂ ਦੇ ਅਨੁਸਾਰ ਮਨਾਏ ਜਾਣਗੇ, ਉਸ ਨੂੰ ਲੈ ਕੇ ਇਕੱਠ ਨਹੀਂ ਕੀਤਾ ਜਾਊਗਾ। ਅਗਰ ਇਸ ਪ੍ਰਕਾਰ ਦੇ ਸਮਾਗਮ ਦਾ ਲਾਹਾ ਸੰਗਤ ਲੈਣਾ ਚਾਹੁੰਦੀ ਹੈ ਤਾਂ ਉਹ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਆਪਣੇ ਘਰ ਬੈਠ ਕੇ ਸਮਾਗਮ ਦਾ ਪੂਰਾ ਲਾਹਾ ਲੈ ਸਕਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਯੂਟਿਊਬ, ਫੇਸਬੁੱਕ 'ਤੇ ਇਨ ਸਮਾਗਮਾਂ ਨੂੰ ਲਾਈਵ ਕੀਤਾ ਜਾਏਗਾ। ਅੰਮ੍ਰਿਤਸਰ ਤੋਂ ਫਤਿਹ ਟੀਵੀ ਲਈ ਪ੍ਰਸ਼ਨ ਮਤ ਰਿਪੋਰਟ। ਕੱਲ੍ਹ ਕਿਉਂਕਿ ਸਾਨੂੰ ਇੱਕ ਚਿੱਠੀ ਆਈ ਸੀ, ਉਹ ਚਿੱਠੀ ਵਿੱਚ ਉੱਥੇ ਕਿਹਾ ਗਿਆ ਕਿ ਉਸ ਏਰੀਅਲ ਕੰਟੋਨਮੈਂਟ ਜਿਹੜਾ ਏਰੀਆ ਕਿਹਾ ਗਿਆ ਵੀ ਜਿੱਥੇ ਬਿਲਕੁਲ ਹੀ ਕੋਈ ਵੱਡੀ ਗੈਦਰਿੰਗ ਨਹੀਂ ਹੋ ਸਕਦੀ, ਉੱਥੇ ਆ ਕੇ ਫਿਰ ਸਾਡੇ ਮਨ ਨੂੰ ਸਟ੍ਰਾਈਕ ਕੀਤਾ ਕਿ ਹੁਣ ਅਸੀਂ ਕਰੀਏ ਕੀ। ਸੋ ਇਹ ਸਾਰੀਆਂ ਚੀਜ਼ਾਂ ਅਜੇ ਤੱਕ ਸਾਡੇ ਵਾਸਤੇ ਦੁਬਿਧਾ ਵੀ ਬਣੀ ਹੋਈ ਹੈ, ਬੜੀ ਚਿੰਤਾ ਵੀ ਹੈ, ਬੜੀ ਪਰੇਸ਼ਾਨੀ ਵੀ ਹੈ। ਜਾਂ ਤਾਂ ਸਰਕਾਰ ਇੱਕ ਪਾਸੇ ਨਾ ਜਾਵੇ ਕਿ ਸਮਾਗਮ ਸਾਨੂੰ ਕਹਿ ਦੇ, ਜਾਂ ਉਹ ਕਹਿਣ ਕਿ ਤੁਸੀਂ ਕਰ ਨਹੀਂ ਸਕਦੇ, ਜਾਂ ਉਹ ਕਹਿਣ ਕਿ ਕੋਈ ਗੱਲ ਨਹੀਂ ਕਰੋ ਤੁਸੀਂ ਜਿੱਥੇ ਕਰਨਾ ਚਾਹੁੰਦੇ ਹੋ। ਕਿਸੇ ਪਾਸੇ ਕਲੀਅਰ ਸਾਨੂੰ ਡਾਇਰੈਕਸ਼ਨ 'ਚ ਨਹੀਂ ਜਿਹੜੀ ਅੱਜ ਤੱਕ ਮਿਲਦੀ ਪਈ। ਸੋ ਇਸ ਕਰਕੇ ਇਹ ਥੋੜ੍ਹੀ ਜਿਹੀ ਪਰੇਸ਼ਾਨੀ ਸੀ, ਉਹ ਮੈਂ ਪਰ ਮੈਂ ਬੇਨਤੀ ਕਰਦੀ ਸੰਗਤ ਨੂੰ ਕਿ ਸਮਾਗਮ ਹੋਣਗੇ, ਸਹਿਜ ਪਾਠ ਜਿਹੜੇ ਹੈ ਮੇਰੇ ਖਿਆਲ 20-25 ਹਜ਼ਾਰ ਦੇ ਸਹਿਜ ਪਾਠ ਸਾਡੇ ਤਿਆਰ ਇਸ ਵੇਲੇ ਸੰਗਤਾਂ ਨੇ ਕੀਤੇ ਹੋਏ ਹੈ। ਪਰ ਅਸੀਂ ਉਹਨਾਂ ਨੂੰ ਫਿਰ ਵੀ ਕਿਹਾ ਕਿ ਅਸੀਂ ਥੋੜ੍ਹਾ ਘੱਟ ਕਰਾਂਗੇ ਇੱਥੇ ਗਿਣਤੀ, ਬਹੁਤੀ ਅਸੀਂ ਸਾਰਿਆਂ ਨੂੰ ਨਹੀਂ ਬੁਲਾਵਾਂਗੇ,
बाकी असी ऑनलाइन उन्होंने नाल जुड़ांगे, उन्होंने असी आई डी बना के देवे, जिहड़ी संगत घर च बैठी होएगी जुड़ के वो कीर्तन का आनंद भी लवे और सहज पाठ भी घर बैठे उन्होंने नाल जुड़ के कर लैन, ता जो उन्हां दी रीझ पूरी हो जाए तो असी भी उन्होंने नाल ये सांझ पा सकी। सारे प्रोग्राम जिहड़े है लाइव चलणगे, वक्त वक्त चैनल राही भी जाणगे, यूट्यूब राही भी जाणगे, सोशल मीडिया राही भी जाणगे। मेरी हाथ जोड़ के बेनती सारी संगत नूं कि गुरु तेग बहादुर साहब जी के जीवन दीआं बहुत वडमुलियां घटनावां जिथे बहुत गौरवमय इतिहास है उत्थे असी सारे जुड़ना है। जिथे भी कोई बैठा होवे ओह भावें कोई जिथे बैठे ने, जदों असी सहज पाठ करना है, लखां लोगों ने सहज पाठ शुरू किए हुए विदेशों भी, कृपा करके जदों सहज पाठ के भोग पैन नाल ही सारे बैठ के सहज पाठ में भी शामिल हो, जदों कीर्तन चलते हो कीर्तन भी श्रवण कर, जदों भी कोई इत्थे समागम चलता है उहदे विच बैठ के हाजिर भी होण, तां जो बाहर बैठे अपनी हाजिरी वास्ते। दिल्ली गुरुद्वारा प्रबंधक कमेटी की चोणों नूं लैके जिवें जिवें माहौल अगे वध रहा है उवें उवें गुरुद्वारा प्रबंधक कमेटी चोणों विच लोकां दा रुझान भी वध रहा है। इस चीज़ नूं लैके दिल्ली विच फतेह टीवी दी टीम ने खासकर वोटरां नाल गलबात की। देखो विशेष रिपोर्ट जदों वोटरां ने साडे नाल गलबात करदे हुए अपनी विचारधारा साडे नाल सांझी की। दिल्ली कमेटी दे इलैक्शन आ गए 25 तरीक नूं, आप जी की कहना चाहो? वीर जी मैं सब तो पहली गल तो संगत को यही कहना चाहूँगा कि 8 साल बुरा हाल, बादल भजाओ पंथ बचाओ। और मैं इसी गल नाल जोड़दा इस गल पूरी कराँगा, अज सानू दिल्ली संगत को ना बड़ा वड्डा मैसेज हैगा पंजाब की संगत वालों, और उसी बेअदबिया देखते हुए पंजाब की संगत जागी और उन्होंने पूर्ण बायकॉट किया बादल का, बादल दल जिहड़ा हैगा। और यही मैं दिल्ली की सिख संगत को भी हाथ जोड़ के बेनती करना कि पंजाब की संगत तो सीख लिती जाए और इन्हों दिल्ली तो भी हटाया जाए, क्योंकि इन्होंने सिखी का जो स्तर इन्हें गिराता इन्होंने, मतलब किस चीज़ की गल करिए, असी अपना अगर अपनी यूथ की गल करिए, लोग इलेक्शन्स तो पहले नौकरियां लगा देंगे है, बाद च नौकरियां तो हटा देंगे है, इलेक्शन्स तो पहले वड्डे वड्डे वादे करते असी हॉस्पिटल्स बनावांगे। देखो अज की डेट के जो हालात है, अगर इंसान को सिर्फ एक सिक्ख्या और एक हैल्थ, ये दो चीज़ें दे दी है ना, तो गुरु के सिख इन्ने सक्षम है अपने घर की रोटी आप चला सकते हैं। नाले इन्हों की कोई परफॉर्मेंस नहीं, कोई काम नहीं, स्कूलों का हाल असी देख रहे हैं, जिहड़ी काउंटिंग सी बच्चों की स्कूलों के अंदर वो दिन ब दिन घटती आ रही है, तो GHPA स्कूलों का नाम बदनाम हो रहा है, लोग अपने बच्चे कोई पा नहीं रहे स्कूलों के अंदर, कॉलेजों की हालत एकदम बुरी हुई पी है। हरिनगर GTBIT कॉलेज सीगा, इन्ना वधिया कॉलेज सर चलता सीगा सरना साहब के टाइम पर, अज उस कॉलेज का तुसी हाल देखोगे तो रो पोगे, क्योंकि जिहड़ी उहदियां बिल्डिंगां डिवाइड कर दित्तियां ने, अद्धा हिस्सा दे दिता गया पॉलीटेक्निक नूं ते अद्धा हिस्सा GTBIT जिहड़ा कॉलेज सीगी उहदी स्ट्रेंथ तक घटा दी गई है। तो ईवन कि गौरमेंट वालों नोटिस आ चुके ने इन्हां नूं कि जे तुसी स्कूल नहीं चला पा रहे तो असी जिहड़ा अपना ऑबजरवर बिठा देंगे। तुसी इह गल समझ दिओ कि अगर किसी चीज़ के उत्ते ऑबजरवर बिठा दिता जाए वो सिर्फ नाम का ऑबजरवर हुंदा है, पावर सारी उसके हाथ हुंदी है। पिछले कुछ दिनों तो मैं देख रहा मीडिया काफ़ी गल्लां चल रही, मनजीत सिंह जीके जी बोल रहे हैं, वो उन्होंने केस दर्ज करा रहे हैं, इन्होंने गोलकां खाई हैं, इन्होंने गोलकां खाई हैं, सिरसा साहब मनजीत सिंह जीके से केस दर्ज करा रहे, इन्होंने गोलकां खाई हैं, यानी दोनों इको पार्टी के सके, 8 साल इको पार्टी के, 6 साल किसी को, 2 साल किसी को, लेकिन इल्जाम दोनों के बराबर चल रहे एक दूसरे से। असी अज एक वोटर होंदे हुए 8 साल तो पहले जब सरना साहब की सरकार सी, सरकार सी पार्टी सी प्रधानगी जब संभाल रहे थे गुरुद्वारे नूं, असी कदी नहीं सुने कि उत्थों गोलो खादी गई, उत्थों किसी टेंडर नूं पास कर दो ये कपला होया है, किसी स्कूल च कपला होया है, किसी स्कूल दे टीचर्स नूं या स्टाफ नूं उन्हां दी तनखाह नहीं मिली, उन्हां नूं मेडिकल सुविधा नहीं मिली, असी कदी नहीं सुने। सिर्फ उस वक्त 8 साल पहले 2 गल्लां उछाली गई सी, बाला साहब वेचता, बाला साहब वेचता, बाला साहब हॉस्पिटल वेचता, पार्किंग वेचती, पार्किंग वेचती, ऑल ओवर दिल्ली दी माइंड नू चेंज करता गया वोटर नू, एक मीडिया नाल, सोशल मीडिया नाल, वो वोटर जिहड़ा माइंड चेंज हो गया, तो वह असर जिहड़ा सानू दिखिया कि जदों इलैक्शन हुई तो बादल पार्टी जित के उस सरना साहब नू हराता गया। इन्हां करके मैं कह रहा वो दुखदाई घटना सीगी दिल्ली वालों वास्ते, एक बड़ी वड्डी गलती सी जिहड़ी उन्होंने उस वक्त उस सोशल मीडिया के डुप्लीकेट मीडिया के कहण तो चल पई, जिन्हों गोदी मीडिया, जिन्हों गोदी मीडिया भी कहते हैं। लुधियाने के हैबोवाल संवेदना ट्रस्ट द्वारा लाया गया करोना वैक्सीन का कैंप, इस मौके पर 45 साल के उपर के लोगों के लाए गए टीके, तुहानू दस दी इस मौके पर संवेदन ट्रस्ट के मुख्य सेवादार रविंदर अरोड़ा भी उपस्थित रहे, तो उन्होंने लोगों आग्रह किया कि करोना
ਦੀ ਲੜਾਈ ਜਿੱਤਣ ਲਈ ਵੈਕਸੀਨ ਟੀਕਾ ਲਗਾਉਣਾ ਬਹੁਤ ਜ਼ਰੂਰੀ ਹੈ ਅਤੇ ਆਪਣੇ ਘਰਾਂ ਤੋਂ ਬਾਹਰ ਨਿਕਲੋ ਅਤੇ ਟੀਕਾ ਲਵਾਓ। ਉਹਨਾਂ ਨੇ ਦੱਸਿਆ ਕਿ ਇਹ ਕੈਂਪ ਉਹਨਾਂ ਦਾ 14 ਦਿਨ ਚੱਲੇਗਾ। ਇਸ ਮੌਕੇ 'ਤੇ ਉਹਨਾਂ ਨੇ ਕਈ ਹੋਰ ਸਬਜੈਕਟ ਉੱਤੇ ਆਪਣੀ ਵਿਚਾਰਧਾਰਾ ਸਾਂਝੀ ਕੀਤੀ। ਲੁਧਿਆਣਾ ਤੋਂ ਫਤਿਹ ਟੀ ਵੀ ਲਈ ਅਰਵਿੰਦਰ ਸਰਾਣਾ ਦੀ ਵਿਸ਼ੇਸ਼ ਰਿਪੋਰਟ। ਇਹ ਵੈਕਸੀਨੇਸ਼ਨ ਜਿਹੜੀ ਹੈ ਅਸੀਂ 14 ਤਰੀਕ ਤੋਂ ਸ਼ੁਰੂ ਕਰਾਈ ਸੀ ਇਸ ਜਗ੍ਹਾ 'ਤੇ। ਹੁਣ ਤੱਕ ਲਗਭਗ 200 ਲੋਕ ਜਿਹੜੇ 2 ਦਿਨ ਦੇ ਵਿੱਚ ਲਗਾ ਕੇ ਗਏ ਨੇ, ਕਿਉਂਕਿ ਹੈਬੋਵਾਲ ਜਿਹੜਾ ਇਲਾਕਾ ਹੈ ਇਸ ਦੇ ਵਿੱਚ ਜ਼ਿਆਦਾਤਰ ਇੰਪਲਾਈ ਰਿਜ਼ਾਈਡ ਕਰਦੇ ਨੇ। ਇਸ ਕਰਕੇ ਸੈਟਰਡੇ ਸੰਡੇ ਅਸੀਂ ਹੋਪ ਕਰਦੇ ਹਾਂ ਕਿ ਬਹੁਤ ਜ਼ਿਆਦਾ ਲੋਕ ਇਸ ਵਿਸ਼ਵ ਦੀ ਵਿਆਪੀ ਮਹਾਂਮਾਰੀ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੇ ਲਈ ਵੱਧ ਚੜ੍ਹ ਕੇ ਅੱਗੇ ਆਉਣਗੇ। ਔਰ ਇਹ ਟੀਕਾਕਰਨ ਜਿਹੜਾ ਕੈਂਪ ਹੈ ਇਹ 14 ਦਿਨ ਲਗਾਤਾਰ ਇਸੇ ਸਥਾਨ 'ਤੇ ਚੱਲੇਗਾ ਹੈਬੋਵਾਲ ਨਿਵਾਸੀਆਂ ਦੀ ਸਹੂਲਤ ਦੇ ਲਈ। ਇਹਦੇ ਵਿੱਚ ਸੰਵੇਦਨਾ ਟਰੱਸਟ ਅਤੇ ਹੈਬੋਵਾਲ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੰਡਲ ਹੈ ਇਹਨਾਂ ਦੇ ਦੋਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਔਰਗਨਾਈਜ਼ ਕੀਤਾ ਗਿਆ। ਔਰ ਸਿਵਲ ਹਸਪਤਾਲ ਦੇ ਸਿਵਲ ਸਰਜਨ ਸਾਹਿਬ, ਵਰਦੀ ਡਿਪਟੀ ਕਮਿਸ਼ਨਰ ਸਾਹਿਬ ਔਰ SMO ਸਾਹਿਬ ਔਰ ਸਮੁੱਚੀ ਟੀਮ ਸਿਵਲ ਹਸਪਤਾਲ ਦੀ ਜਿਹੜੇ ਲੋਕ ਕੋਵਿਡ ਟੀਕਾਕਰਨ 'ਤੇ ਲੱਗੇ ਨੇ। ਔਰ ਇਹ ਮੈਡਮ ਕਿਰਨ ਆਲੂਵਾਲੀਆ ਦਾ ਬਹੁਤ ਵੱਡਾ ਇਨੀਸ਼ੀਏਟਿਵ ਹੈ ਕਿ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕਿ ਜਿਹੜੀ ਡੋਜ਼ ਹੈ ਉਹ ਹਰ ਏਰੀਆ ਦੇ ਲੋਕਾਂ ਨੂੰ ਲੱਗੇ। ਪੰਜਾਬ ਨਿਵਾਸੀਆਂ ਨੂੰ ਚਾਹੀਦਾ ਕਿ ਆਪਣੇ ਆਪਣੇ ਘਰਾਂ ਤੋਂ ਨਿਕਲ ਕੇ ਪਹਿਲਾਂ ਤਾਂ ਆਪਣਾ ਕੋਵਿਡ ਸੈਂਪਲ ਜਿਹੜਾ ਟੈਸਟ ਹੈ ਉਹ ਜ਼ਰੂਰ ਕਰਾਉਣਾ ਚਾਹੀਦਾ। ਉਸ ਦੇ ਨਾਲ ਨਾਲ ਟੀਕਾਕਰਨ ਜ਼ਰੂਰ, ਟੀਕਾ ਜਿਹੜਾ ਹੈ ਉਹ 80% 90% ਰਿਜ਼ਲਟ ਇਹ ਦੇ ਰਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਵਿਡ ਟੀਕਾ ਲੱਗਾ ਹੋਇਆ ਉਹਨਾਂ ਦੇ ਕਰੋਨਾ ਦਾ ਪ੍ਰਭਾਵ ਬਹੁਤ ਘੱਟ ਪੈ ਰਿਹਾ, ਜੇ ਪੈਂਦਾ ਵੀ ਹੈ ਤਾਂ ਉਹ ਨਾ ਵਰਗਾ ਪੈਂਦਾ ਹੈ। ਮੈਂ ਕਹਿਣਾ ਚਾਹਾਂਗਾ ਕਿ ਜਿੱਥੇ ਵੀ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਸਾਡੇ ਸਹਿਯੋਗ ਦੀ ਲੋੜ ਪਏਗੀ ਉੱਥੇ ਸੰਵੇਦਨਾ ਟਰੱਸਟ ਔਰ ਭਾਰਤੀ ਜਨਤਾ ਪਾਰਟੀ ਦੇ ਲੋਕ, ਚਾਹੇ ਕੇਂਦਰ ਸਰਕਾਰ ਨੂੰ ਅਪੀਲ ਕਰਨੀ ਹੋਵੇ, ਬੇਨਤੀ ਕਰਨੀ ਹੋਵੇ, ਟੀਕੇ ਦੀ ਕਮੀ ਪੰਜਾਬ 'ਚ ਨਹੀਂ ਆਉਣ ਦਿੱਤੀ ਜਾਵੇ। ਅਸੀਂ ਸਾਰੀ ਹੈਬੋਵਾਲ ਮੰਡਲ ਦੀ ਟੀਮ ਇਹਦੇ ਵਿੱਚ ਅਰੋੜਾ ਸਾਹਿਬ ਦੇ ਸਹਿਯੋਗ ਦੇ ਨਾਲ ਸਾਰੇ ਇਕੱਠੇ ਹੋ ਕੇ ਸਾਰੇ ਏਰੀਏ ਦੇ ਵਿੱਚ ਇੱਕ ਇੱਕ ਬੰਦੇ ਨੂੰ ਅਨਾਊਂਸਮੈਂਟ ਵੀ ਕਰਤੀ ਹੈ ਕਿ ਫ੍ਰੀ ਟੀਕਾਕਰਨ ਕੈਂਪ ਆ ਅਤੇ ਅਵੇਅਰਨੈਸ ਵੀ ਕਰਾ ਰਹੇ ਹਾਂ ਲੋਕਾਂ ਨੂੰ ਕਿ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਸਾਈਡ ਇਫੈਕਟ ਨਹੀਂ ਹੈਗਾ ਵਾ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਆਓ ਤੁਸੀਂ ਟੀਕਾ ਲਵਾਓ ਅਤੇ ਆਪਣੇ ਆਪ ਨੂੰ ਸੇਫ ਕਰੋ ਤੁਸੀਂ ਇਹਦੇ ਨਾਲ। ਬਾਕੀ ਤੁਸੀਂ ਜਿਹੜੀ ਵੀ ਆਧਾਰ ਕਾਰਡ ਲੈ ਕੇ ਆਓ, ਜਿੱਥੇ ਦਾ ਵੀ ਬੰਦਾ ਹੈਗਾ, ਅਸੀਂ ਕੋਈ ਵੀ ਮੰਡਲ ਦਾ ਜਾਂ ਕੋਈ ਵੀ ਏਰੀਆ ਦਾ ਹੈਗਾ ਵਾ, ਅਸੀਂ ਉਹਨਾਂ ਨੂੰ ਵੀ ਟੀਕਾਕਰਨ ਕਰ ਰਹੇ ਹਾਂ, ਇਹ 'ਚ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਹੈ। ਤੁਹਾਡੇ ਸਹਿਯੋਗ ਦੇ ਨਾਲ ਆਪਾਂ ਸੰਵੇਦਨਾ ਟਰੱਸਟ ਦੇ ਨਾਲ ਮਿਲ ਕੇ ਅਸੀਂ ਕੈਂਪ ਲਾਇਆ। ਅੱਜ ਜੋ ਸੁਵਿੰਦਰਾ ਟਰੱਸਟ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਦੇ ਹੈਬੋਵਾਲ ਮੰਡਲ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਕੇ ਇੱਥੇ ਲੋਕਾਂ ਦੀ ਸਹੂਲਤ ਦੇ ਲਈ ਟੀਕਾਕਰਨ ਕੀਤਾ ਜਾ ਰਿਹਾ ਕਰੋਨਾ ਦੇ ਰਿਲੇਟਡ, ਅਤੇ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ। ਇੱਕ ਬਹੁਤ ਅੱਛਾ ਉਪਰਾਲਾ ਔਰ ਸਮੂਹ ਇਲਾਕਾ ਨਿਵਾਸੀਆਂ ਨੂੰ ਹੁਮ ਹਮਾਗੇ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ। ਅੱਜ ਅਸੀਂ ਸੁਵੇਦਨਾ ਟਰੱਸਟ ਹੈਬੋਵਾਲ ਮੰਡਲ ਵੱਲੋਂ ਟੀਕਾਕਰਨ ਦਾ ਕੈਂਪ ਲਾਇਆ ਹੋਇਆ, ਜੋ ਕਿ ਸਾਡਾ ਕੈਂਪ 14 ਦਿਨ ਚੱਲੇਗਾ। ਸਾਡੇ ਹਰ ਇੱਕ ਇਲਾਕਾ ਨਿਵਾਸੀ ਨੂੰ ਇਹ ਫ੍ਰੀ ਲਾਇਆ ਜਾ ਰਿਹਾ ਹੈ। ਕਿਰਪਾ ਕਰਕੇ 45 ਸਾਲ ਤੋਂ ਉੱਪਰ ਵਾਲੇ ਜਿੰਨੇ ਵੀ ਬੰਦੇ ਨੇ, ਆਜੂ ਬਾਜੂ ਜਿੰਨੇ ਵੀ ਨੇ, ਸਾਰੇ ਜਣੇ ਸਾਡੇ ਕੈਂਪ ਦੇ ਵਿੱਚ ਟੀਕਾ ਲਵਾ ਕੇ ਸਾਡੇ ਦੇਸ਼ ਨੂੰ ਸੁਰੱਖਿਅਤ ਕਰਨ, ਸਾਡੇ ਇਲਾਕੇ ਨੂੰ ਸੁਰੱਖਿਅਤ ਕਰਨ ਕਰੋਨਾ ਦੇ ਵਾਇਰਸ। ਨਕੋਦਰ ਵਿਖੇ ਅਰੋੜਾ ਵੰਸ਼ ਪਰਿਵਾਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਮਾਸਕ ਵੰਡੇ ਗਏ। ਨਕੋਦਰ ਵਿਖੇ ਅਰੋੜਾ ਵੰਸ਼ ਪਰਿਵਾਰ ਦੇ ਪ੍ਰਧਾਨ ਅਰਵਿੰਦਰ ਪਾਲ ਟੋਨੀ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ 'ਤੇ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਦਿੱਤੇ ਗਏ। ਨਕੋਦਰ ਤੋਂ ਫਤਿਹ ਟੀ ਵੀ ਲਈ ਪੁਨੀਤ ਅਰੋੜਾ ਦੀ ਰਿਪੋਰਟ। ਕੋਰੋਨਾ ਵੇਵ 2 ਚੱਲਦੀ ਜਿਹੜੀ, ਇਹ ਬਹੁਤ ਜ਼ਿਆਦਾ ਗੰਭੀਰ ਸਥਿਤੀ ਆਈ ਹੋਈ ਹੈ। ਬਹੁਤ ਜ਼ਿਆਦਾ ਆਪਣੇ ਜਲੰਧਰ ਡਿਸਟ੍ਰਿਕਟ ਤੱਕ ਖਾਸ ਕਰਕੇ ਕੇਸ ਕਾਫੀ ਜ਼ਿਆਦਾ ਵਧੇ ਜਾ ਰਹੇ ਆ। ਬਸ ਲੋਕਾਂ ਨੂੰ ਥੋੜ੍ਹਾ ਜਾਗਰਤ ਕਰਨ ਲਈ ਵੀ ਮਾਸਕ ਬਹੁਤ ਜ਼ਰੂਰੀ ਚੀਜ਼ ਆ, ਵੀ ਆਪਾਂ ਇਹ ਸਾਰੇ ਜਣੇ ਦੀ ਵਰਤੋਂ ਕਰੀਏ ਅਤੇ ਆਪਾਂ ਬਿਮਾਰੀ ਨੂੰ ਫਰਦਰ ਰੋਕ ਸਕੀਏ। ਆਪਾਂ ਪੰਜਾਬ ਸਰਕਾਰ, ਸੈਂਟਰ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਚੱਲੀਏ। ਲੋਕਾਂ ਨੂੰ, ਭਾਈਚਾਰੇ ਨੂੰ ਇਹੀ ਕਹਾਂਗੇ ਵੀ ਮਾਸਕ ਬਹੁਤ ਜ਼ਰੂਰੀ ਚੀਜ਼ ਆ, ਇਹਦੇ ਨਾਲ ਬਿਮਾਰੀ ਤੋਂ ਕਾਫੀ ਜ਼ਿਆਦਾ ਬਚਿਆ ਜਾ ਸਕਦਾ ਵਾ। ਜਦਕਿ ਬੇਸਿਕਲੀ ਟ੍ਰੀਟਮੈਂਟ ਤਾਂ ਹਜੇ ਕੋਈ ਆਇਆ ਹੀ ਨਹੀਂ ਹੈਗਾ, ਇਸ ਕਰਕੇ ਆਪਾਂ ਨੂੰ ਬਚਾਅ ਹੀ ਜ਼ਰੂਰੀ ਹੈ ਇਹਦੇ ਲਈ। ਅਸੀਂ ਅਰੋੜਾ ਵੰਸ਼ ਪਰਿਵਾਰ ਵੱਲੋਂ ਅੱਜ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ। ਔਰ ਇਸ ਸਾਡੇ ਉਪਰਾਲੇ ਦਾ ਮੁੱਖ ਮਕਸਦ ਇਹ ਹੈ ਕਿ ਲੋਕ ਇਸ ਬਿਮਾਰੀ ਤੋਂ ਜਾਗਰੂਕ ਹੋਣ,
आप अपना बचावा खुद करिए। दोस्तों ये सी इस बार की सरगर्मियां, जल्द ही नवी सरगर्मियां नाल तुहाडे रूबरू फिर हाजिर होवांगे। निरंतर देखते रहो तुसी फतेह टीवी। सत श्री अकाल।